ਫਰੀਦਕੋਟ ਪਾਰਲੀਮੈਂਟ ਹਲਕੇ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਭਾਣਾ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਤਾਂ ਭਾਣਾ ਪਿੰਡ ਦੇ ਵਿੱਚ ਪਹੁੰਚ ਕੇ ਪਿੰਡ ਦਾ ਮੂਡ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪਿੰਡ ਦਾ ਮੂਡ ਕੀ ਕਹਿੰਦਾ, ਲੋਕ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਸੋਚ ਰਹੇ ਨੇ, ਕੀ ਕੁਝ ਗੱਲਾਂ ਬਾਤਾਂ ਹੋ ਰਹੀਆਂ ਨੇ। ਚੱਲਦੇ ਹਾਂ ਪਿੰਡ ਦੀ ਸੱਥ ਵੱਲ। ਭਾਣਾ ਪਿੰਡ ਦੇ ਵਿੱਚ ਮੌਜੂਦ ਆ ਤੇ ਭਾਣਾ ਪਿੰਡ 'ਚ ਬੋਰਡ ਥੱਲੇ ਕੁਝ ਲੋਕ ਬੈਠੇ ਨੇ, ਕੁਝ ਬਾਬੇ ਬੈਠੇ ਨੇ, ਹਾਲਾਂਕਿ ਆਪਦਾ ਮਨੋਰੰਜਨ ਕਰ ਰਹੇ ਨੇ ਰੋਜ਼ ਵਾਂਗ, ਕਹਿੰਦੇ ਇੱਥੇ ਬੈਠਦੇ ਨੇ, ਤਾਸ਼ ਤੁਸ਼ ਕੁੱਟਦੇ ਨੇ। ਤਾਂ ਇੱਧਰ ਬਾਪੂ ਤੋਂ ਸ਼ੁਰੂਆਤ ਕਰਦੇ ਆ। ਬਾਪੂ ਜੀ, ਤੁਹਾਡੇ ਸਾਥੀ ਤਾਸ਼ ਖੇਡੀ ਜਾਂਦੇ, ਤੁਸੀਂ ਨਹੀਂ ਖੇਡਦੇ ਨਾਲ? ਮੈਨੂੰ ਵਾਰੀ ਨਹੀਂ ਮਿਲਿਆ ਜੀ। ਵਾਰੀ ਨਹੀਂ ਆਈ? ਹਾਂ, ਬੰਦੇ ਪੂਰੇ ਹੋ ਗਏ ਉੱਧਰ? ਹਾਂ, ਬੰਦੇ ਪੂਰੇ ਹੋ ਗਏ ਤਾਂ ਨਹੀਂ ਵਾਰੀ ਆਈ। ਜਿਵੇਂ ਕਹਿੰਦੇ ਕਿ ਵੀ ਐਤਕੀ ਸਰਕਾਰ ਬਦਲੀ ਸੀ ਲੋਕਾਂ ਨੇ, ਉਹ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਆ? ਵੋਟ ਕਰਦੇ ਕਿਹੜੇ ਮੁੱਦੇ ਤੇ ਕਰਦੇ ਲੋਕ? ਬਈ, ਅਸੀਂ ਝਾੜੂ ਵਾਲੇ ਤੇ ਵੀ ਖੁਸ਼ ਹਾਂ ਕਿਉਂਕਿ ਬਿਜਲੀ ਬਹੁਤ ਦਿੱਤੀ ਝੋਨੇ ਵਾਸਤੇ, ਤੇ ਕਾਂਗਰਸ ਵੀ ਠੀਕ ਆ, ਪਰ ਇਹਨਾਂ ਦੀ ਵੋਟ ਇੱਕ ਥਾਂ ਹੀ ਜਾਣੀ ਆ। ਤਾਂ ਅਸਲੀ ਗੱਲ ਤਾਂ ਅਸਲੀ ਗੱਲ ਆ ਬਸ। ਤਾਂ ਇੱਧਰ ਵੀ ਰਹਿ ਲੈਂਦੇ ਆ ਜੀ, ਕੀ ਲੱਗਦੀ ਸਥਿਤੀ ਤੁਹਾਨੂੰ? ਇਹ ਕੋਈ ਕਹਿੰਦਾ ਕਿ ਘਰਾਂ 'ਚ ਨਹੀਂ ਲੋਕਾਂ ਦੀ ਰਹਿ ਰਲਦੀ, ਕੋਈ ਕਹਿੰਦਾ ਪਹਿਲਾਂ ਵਾਲਿਆਂ ਤੋਂ ਖੁਸ਼ ਨਹੀਂ, ਕੋਈ ਕਹਿੰਦਾ ਹੁਣ ਆਇਆਂ ਤੋਂ ਖੁਸ਼ ਨਹੀਂ, ਕੀ ਮਾਹੌਲ ਆ ਵੋਟਾਂ ਦਾ ਪਿੰਡਾਂ 'ਚ? ਪਿੰਡਾਂ 'ਚ ਮਾਹੌਲ, ਪਿੰਡਾਂ 'ਚ ਮਾਹੌਲ ਤਾਂ ਹੈਗਾ ਵਧੀਆ। ਆਮ ਲੋਕ ਜਿਹੜੇ ਹੈਗੇ ਆ ਉਹ ਸੌਖੇ ਆ, ਤੇ ਲੋਕਾਂ ਦਾ ਕੰਮ ਜਿਹੜਾ ਹੋਈ ਜਾਂਦੇ ਸੀਗੇ ਚੌਵੇ, ਤੇ ਆਮ ਲੋਕ ਸੌਖੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਰਾਏ ਲੈ ਕੇ ਇੱਥੋਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਚਲੋ ਅੱਗੇ ਚੱਲਦੇ। ਭਾਣੇ ਪਿੰਡ ਦੀਆਂ ਗਲੀਆਂ 'ਚ ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਆ। ਜਿੱਥੇ ਕਿਤੇ ਬਜ਼ੁਰਗ ਜਾਂ ਪਿੰਡ ਦੇ ਲੋਕ ਬੈਠੇ ਮਿਲਦੇ ਆ, ਗੱਲਬਾਤ ਕਰਕੇ ਰਾਏ ਜਾਣ ਲੈਂਦੇ ਆ। ਇੱਥੇ ਵੀ ਬੈਠੇ ਨੇ ਨੌਜਵਾਨ ਵੀਰ ਨੇ, ਬਜ਼ੁਰਗ ਬੈਠੇ ਨੇ, ਪਹਿਲਾਂ ਇੱਧਰੋਂ ਸ਼ੁਰੂ ਕਰਦੇ ਆ। ਅੰਕਲ ਜੀ, ਕੀ ਲੱਗਦਾ ਮਾਹੌਲ? ਆਂਦੇ ਵੋਟਾਂ ਵਾਲੇ ਪਿੰਡਾਂ 'ਚ ਗੇੜੇ ਕੱਢਦੇ ਫਿਰਦੇ ਆ, ਪੂਰਾ ਮਾਹੌਲ ਬਣਿਆ ਵਾ ਕਹਿੰਦੇ? ਹਾਂ, ਪੂਰਾ ਬਣਿਆ ਵਧੀਆ, ਟੈਨਸ਼ਨ ਕੋਈ ਨਾ ਲਓ, ਆਮ ਪਾਰਟੀ ਜਿੱਤੂਗੀ। ਅੱਛਾ, ਤੇ ਕੀ ਲੱਗਦਾ ਕਿ ਕਿੰਨਾ ਕੁ ਤੁਹਾਨੂੰ ਇਹਨਾਂ ਦਾ, ਕਿਉਂਕਿ ਪਹਿਲਾਂ ਤਾਂ ਪਾਰਟੀ ਇੱਥੇ ਹੋਰ ਜਿੱਤੀ ਵੀ ਸੀ, ਕਾਂਗਰਸ ਜਿੱਤੀ ਵੀ ਸੀ? ਕਾਂਗਰਸ ਵਾਲਿਆਂ ਨੇ ਤਾਂ ਕੁਛ ਕੀਤਾ ਕਰਤਾ ਹੀ ਨਹੀਂ ਪਹਿਲਾਂ, ਹੁਣ ਜਿਹੜੀ ਆਮ ਆ ਇਹ ਕਰਦੀ ਰਹੀ ਆ ਕੁਛ ਨਾ ਕੁਛ। ਇਹ ਤਾਂ ਬਾਈ ਮੌਜੂਦਾ ਸਰਕਾਰਾਂ ਤੋਂ ਖੁਸ਼ ਹਾਂ ਵੀਰ? ਕੀ ਕਿਹੜਾ ਠੀਕ ਲੱਗਦਾ ਤੁਹਾਨੂੰ? ਆਪਣਾ ਤਾਂ ਹਜੇ ਤੱਕ ਕੋਈ ਨਹੀਂ ਠੀਕ ਲੱਗਾ ਜੀ। ਅੱਛਾ, ਕੀ ਗੱਲ ਹੋ ਗਈ? ਵੈਸੇ ਬਸ ਜੀ। ਨਹੀਂ, ਪਰ ਕੀ ਲੱਗਦਾ ਕਿਹੋ ਜਿਹੇ ਕੰਮ ਹੋਣੇ ਚਾਹੀਦੇ ਆ ਵੀ ਜੇ ਤੁਸੀਂ ਆਨੇ ਵੀ ਨਹੀਂ ਠੀਕ ਲੱਗ ਰਿਹਾ, ਕਿਉਂ ਕਮੀ ਕਿੱਥੇ ਲੱਗਦੀ ਆ? ਆਹੀ ਨੌਜਵਾਨ ਪੀੜ੍ਹੀ ਦੇ ਵਿੱਚ ਹੀ ਆ, ਨਸ਼ੇ ਪੱਤਿਆਂ ਵਾਲੇ ਪਾਸੇ ਬਾਲੇ ਫਿਰਦੇ ਆ ਜੀ, ਇਹੀ ਚੱਕਰ ਕਰਕੇ ਜੀ। ਨਸ਼ਾ ਪੱਤੇ ਵਾਲੇ ਤਾਂ ਕਈ ਜਾਂਦੇ, ਘੱਟ ਗਿਆ, ਕੁਛ ਨਹੀਂ ਘਟਿਆ, ਨਸ਼ਾ ਪੱਤਾ ਤੁਸੀਂ ਵੱਧ ਹੀ ਗਿਆ। ਅੱਛਾ, ਤੁਹਾਡੀ ਜਾਣ ਪਛਾਣ ਵਾਲੇ ਮੁੰਡੇ ਖਾਂਦੇ ਆ? ਮੇਰੇ ਨਾਲ ਦੇ ਲਗਭਗ 10 ਮੁੰਡੇ ਲੱਗ ਗਏ ਜੀ, ਜਿਹੜੇ ਮੇਰੇ ਨਾਲ 10th ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਜੀ, ਵਿੱਚੋਂ ਬਸ 5-7 ਬਚੇ ਆ, ਉਹ ਅੱਧੇ ਫੋਰਨ ਚਲੇ ਗਏ, ਅੱਧੇ ਇੱਥੇ ਕੰਮ ਕਰੀ ਜਾਂਦੇ ਜੀ। ਬੜੀ ਡੂੰਘੀ ਗੱਲ ਇਸ ਨੌਜਵਾਨ ਦੀ, ਕਿਤੇ ਨਾ ਕਿਤੇ ਚੋਟ ਕਰਦੀ ਆ ਸਾਡੇ ਸਿਸਟਮ ਤੇ, ਕਿ ਨੌਜਵਾਨ ਖੁਦ ਕਹਿ ਰਿਹਾ ਹੈ ਕਿ ਮੇਰੇ ਸਾਥੀ ਜਿਹੜੇ ਨੇ ਉਹ ਜ਼ਿਆਦਾਤਰ ਨਸ਼ੇ ਦੇ ਆਦੀ ਹੋ ਗਏ। ਭਾਈ ਜੀ, ਹਾਂਜੀ, ਕਿਹਦਾ ਪੇਚਾ ਫਸਿਆ ਲੱਗਦਾ, ਕਿਹੜਾ ਅੱਗੇ ਲੱਗਦਾ? ਅਨਮੋਲ ਲੱਗਦਾ ਅੱਗੇ। ਅੱਛਾ, ਕਿਵੇਂ ਚੱਕਰ ਕੀ? ਪਿਛਲੀ ਵੀ ਕਾਂਗਰਸ 'ਚ ਆਈ ਸੀਗੀ, ਕਿਹੜੀ ਗੱਲੋਂ ਲੱਗਦਾ? ਚੰਗੇ ਕਰਦੇ ਆ, ਭਗਵੰਤ ਮਾਨ ਕੰਮ ਚੰਗੇ ਕਰਦਾ। ਅੱਛਾ, ਚਲੋ ਇਹਨਾਂ ਦੀ ਵੀ ਰਾਏ ਜਾਣ ਲਈ ਜੀ, ਆਪਾਂ ਹੁਣ ਥੋੜਾ ਜਿਹਾ ਹੋਰ ਅੱਗੇ ਚੱਲਦੇ ਆ, ਪਿੰਡ ਦੇ ਅੰਦਰਲੇ ਪਾਸੇ ਵੜ ਜਾਂਦੇ ਆ ਤਾਂ ਕਿ ਜ਼ਿਆਦਾ ਲੋਕਾਂ ਦੇ ਨਾਲ ਗੱਲਬਾਤ ਹੋ ਸਕੇ। ਪਿੰਡ ਦਾ ਮੂਡ ਸਮਝਣ ਲਈ ਲਗਾਤਾਰ ਗਲੀਆਂ 'ਚ ਘੁੰਮ ਰਹੇ ਆ, ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਆ। ਹੁਣ ਪਿੰਡ ਦੀ ਦੂਜੀ ਫਿਰਨੀ ਤੇ ਪਹੁੰਚ ਗਏ, ਇੱਥੇ ਵੀ ਕੁਝ ਲੋਕ ਨੇ, ਹਾਲਾਂਕਿ ਗਰਮੀ ਬੜੀ ਆ ਜੀ। ਕਿਵੇਂ ਸ਼ਹਿਰ ਨੂੰ ਜਾਣਾ ਸਿੱਖੜੇ ਸੀ? ਹਾਂਜੀ ਹਾਂਜੀ, ਸ਼ਹਿਰ ਜਾਣਾ।
ਅੱਛਾ ਵੋਟਾਂ ਵਾਲੇ ਆਉਂਦੇ ਪਿੰਡਾਂ ਚ ਕੀ ਗੱਲਾਂ ਬਾਤਾਂ? ਵੋਟਾਂ ਵਾਲੇ ਬਸ ਇੱਕ ਦੂਜੇ ਦੀ ਨਿਖੇਧੀ ਕਰੀ ਜਾਂਦੇ, ਹੋਰ ਕੀ ਕਰਨਾ ਉਹਨੂੰ, ਇਹਨੇ ਆਹ ਨੀ ਕੀਤਾ, ਇਹਨੇ ਆਹ ਨੀ ਕੀਤਾ, ਆਹੀ ਕੋਈ ਕਰੀ ਜਾਂਦੇ। ਅੱਛਾ ਲੋਕ ਕੀ ਚਾਹੁੰਦੇ ਆ ਵੀ ਕਿਹੋ ਜਿਹਾ ਲੀਡਰ ਹੋਵੇ, ਕਿਹਨੂੰ ਵੋਟ ਪਾਉਣੀ? ਲੋਕ ਤਾਂ ਬਈ ਜਿਹੜਾ ਕੋਈ ਪਤਾ ਨੀ ਲੱਗਦਾ, ਭੇਤ ਹੀ ਨੀ ਲੋਕਾਂ ਦਾ ਕਹਿੰਦੇ। ਇੱਧਰ ਵੀਰ ਵਾਲੇ ਪਾਸੇ, ਹਾਂ ਵੀਰ, ਬੜਾ ਮੋਢੇ ਸਾਫਾ ਰੱਖਿਆ, ਕਿੱਧਰ ਨੂੰ ਚੱਲਿਆ? ਸਾਫਾ ਜੀ ਰਖਾ ਤਾ ਸਰਕਾਰਾਂ ਨੇ ਜੀ। ਕਿੱਧਰ ਨੂੰ ਚੱਲਿਆ? ਸ਼ਹਿਰ ਚੱਲੇ ਆ ਜੀ, ਧੱਕੇ ਖਾਣ ਚੱਲੇ ਆ। ਸਰਕਾਰ ਜੀ ਕੋਈ ਕਣਕ ਲੈ ਲੋ, ਦਾਲ ਲੈ ਲੋ, 5 ਕਿਲੋ ਆਟਾ ਕਰਤਾ ਜੀ, ਅੱਗੇ 10 ਕਿਲੋ ਦਿੰਦੇ ਸੀਗੇ ਜੀ ਨੂੰ। ਹੁਣ ਜੀ 2 ਮਹੀਨਿਆਂ ਤੋਂ ਅੱਗੇ 6 ਮਹੀਨਿਆਂ ਤੋਂ ਕੋਈ ਦੇ ਦਿੰਦੇ ਸੀ 2 ਕੁਇੰਟਲ ਕੋਈ ਇਕੱਠੀ, ਹੁਣ ਤਾਂ ਕਹਿੰਦੇ ਕਿਲੋ ਕਿਲੋ ਤੇ ਆ ਜਾਣਾ ਅਖੀਰ ਨੂੰ ਜੀ। ਨਹੀਂ ਹੁਣ ਮਾਹੌਲ ਕੀ ਆ, ਕਿਹਦੇ ਹੱਕ ਚ ਲੱਗਦੇ ਲੋਕ ਤੁਹਾਨੂੰ? ਐਤਕੀ ਜੀ ਕਿਸੇ ਦੇ ਹੱਕ ਚ ਵੀ ਨੀ, ਐਤਕੀ ਅਕਾਲੀ ਦਲ ਦੇ ਹੱਕ ਚ ਲੱਗ ਰਹੇ ਆ ਜੀ, ਬਿਲਕੁਲ ਜ਼ੋਰ ਪੂਰਾ ਲੱਗੀ ਜਾ ਰਿਹਾ, ਕਈ ਉਹੀ ਚੰਗੇ ਆ। ਇਹ ਹੁਣ ਵਾਲੇ ਕਹਿੰਦੇ ਅਸੀਂ ਬਿਜਲੀ ਮੁਫ਼ਤ ਦਿੰਦੇ ਆ। ਬਿਜਲੀ ਤਾਂ ਜੀ ਜਗਨੇਟਰ ਤਾਂ ਭਲਾ ਘਰੇ ਰੱਖਦੇ ਆ ਜੀ, ਲਿਆ ਕੇ ਹੁਣ ਇਹ ਫੇਰ ਚੰਗੇ ਆ ਜੀ। 5 ਤੋਂ 10 ਹਜ਼ਾਰ ਦਾ ਬਿੱਲ ਕਰਤਾ ਇਹਨਾਂ ਨੇ, 10-10 ਹਜ਼ਾਰ ਬਿੱਲ ਹੋ ਗਿਆ, ਸਾਨੂੰ ਬਿੱਲ ਹੀ ਨੀ ਤਰੇ। ਬੀਬੀਆਂ ਵੀ ਬਾਹਰ ਗੱਲਾਂ ਬਾਤਾਂ ਸੁਣ ਕੇ ਬਾਹਰ ਆ ਗਈਆਂ, ਬੀਬੀਆਂ ਵਾਲੇ ਪਾਸੇ ਹੋ ਜਾਂਦੇ ਆ। ਬੀਬੀ ਕੀ ਆਂਦੀਆਂ ਤੁਹਾਡੀਆਂ ਸਹੇਲੀਆਂ, ਆਹ ਕੀ ਮਾਹੌਲ ਆ ਵੋਟਾਂ ਦਾ? ਸਹੇਲੀਆਂ ਨੇ ਕੀ ਕਹਿਣਾ ਵੀਰੇ, ਨਾ ਤਾਂ ਕੋਈ ਤਰਸਣ ਲਾਉਂਦਾ, ਨਾ ਕੋਈ ਕਣਕ ਚੱਜਣਾ ਦਿੰਦਾ, ਕੋਈ ਬਹੁਤ ਮੰਦਾ ਹਾਲ ਗਰੀਬਾਂ ਦਾ। ਬਿੱਲ ਤਾਂ ਨੀ ਆਉਂਦੇ ਕਹਿੰਦੇ? ਬਿੱਲ ਆਉਂਦੇ ਸਾਡਾ 5 ਹਜ਼ਾਰ ਆਇਆ ਤਾਂ ਕਹਿੰਦੇ ਮਾਫੀ ਚਾਹੁੰਦਾ ਸੀ, ਹੁਣ 5 ਹਜ਼ਾਰ ਆ ਗਿਆ। ਕਿਵੇਂ ਆ ਗਿਆ ਘਰ ਦਾ ਨਾਲ ਜੀਰੋ ਆ? ਪਹਿਲਾਂ ਜੀਰੋ ਸੀ, 2 ਸਾਲ ਜੀਰੋ ਆਉਂਦਾ ਰਿਹਾ ਤੇ ਹੁਣ 5-6 ਹਜ਼ਾਰ ਰੁਪਇਆ ਬਿੱਲ ਆਇਆ ਪਿਆ, ਤੇ ਕਹਿੰਦੇ ਮਾਫੀ ਹੋ ਗਈ, ਮਾਫੀ ਹੋ, ਕੋਈ ਮਾਫੀ ਨੀ। ਜਾ ਕੇ ਪਤਾ ਪੁਤਾ ਕਰਨਾ ਸੀ ਦਫ਼ਤਰੋਂ, ਉੱਥੇ ਗੱਲ ਹੀ ਨੀ ਸੁਣਦਾ ਕੋਈ ਵੀ ਕਿਸੇ ਗਰੀਬਾਂ ਦੀ। ਇਹ ਵੀ ਦੇਖ ਲਈ ਆਪਾਂ ਕਿੱਥੇ ਆ, 42 ਹੋ ਕਿੰਨਾ ਹੈ? ਨਹੀਂ ਫਿਰ ਤੁਸੀਂ ਯੂਨਿਟ ਵੱਧ ਮਚਾਤੀ ਹੋਣੀ ਜਾਂਦੇ? ਨਹੀਂ ਨਹੀਂ, ਯੂਨਿਟ ਕਿਹੜਾ ਮਚਾਉਣੀ ਹੈ, ਗਰੀਬਾਂ ਦਾ ਕਿਹੜੇ ਤੇ ਏਸੀ ਲੱਗੇ ਆ। ਹੈ ਤਾਂ ਇਹ ਬਿੱਲ ਜੀ ਸੰਬੰਧਿਤ ਅਧਿਕਾਰੀ ਜਿਹੜੇ ਆ ਉਹ ਨੋਟ ਕਰ ਲੈਣ, ਤਾਂ ਕਿ ਇਹ ਚੀਜ਼ ਸਪਸ਼ਟ ਹੋ ਸਕੇ ਕਿ ਜੇ ਬਿੱਲ ਆਇਆ ਤਾਂ ਕਿਉਂ ਆਇਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ, ਇਸ ਪਿੰਡ ਦੇ ਇਹਨਾਂ ਦਾ ਵੀ ਬਿੱਲ, ਤੁਹਾਡੇ ਸਾਰਿਆਂ ਦੇ ਆਇਆ ਜੀ? ਇਹਨਾਂ ਦਾ ਵੀ ਹੈ 29,250। 29,000 ਤੁਸੀਂ ਕੰਮ ਕੀ ਕਰਦੇ ਆ? ਕੰਮ ਦਿਹਾੜੀ ਦਾ ਆਪਾਂ। 29,000 ਇਹਨੇ ਕੀ ਚਲਾਇਆ ਬੀ? ਆਪਦੀ ਮਰਜ਼ੀ ਨਾਲ ਕਰੀ ਜਾਂਦੇ ਜੀ, ਆਪਦੀ ਆਹ ਮੀਟਰ ਲੱਗੇ ਇਥੋਂ ਬਾਹਰੋਂ ਵੇਖ ਕੇ ਤੁਰ ਜਾਂਦੇ। ਜੇ ਵੋਟਾਂ ਵਾਲੇ ਆਏ ਤਾਂ ਉਹਨਾਂ ਨੂੰ ਦੱਸਿਓ ਆਪਦਾ ਮਸਲਾ, ਤੁਸੀਂ ਮਸਲਾ ਦੱਸਾਂਗੇ ਅਸੀਂ, ਜਰੂਰ ਦੱਸਾਂਗੇ, ਬਹੁਤ ਜਰੂਰ ਮਸਲਾ ਦੱਸਾਂਗੇ ਉਹਨਾਂ ਨੂੰ ਵੋਟਾਂ ਵਾਲਿਆਂ ਨੂੰ। ਭਾਣੇ ਪਿੰਡ ਦਾ ਮੂਡ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਮੇਰੇ ਸਹਿਯੋਗੀ ਕੈਮਰਾਮੈਨ ਅਜੇ ਕੁਮਾਰ ਤੇ ਮੈਨੂੰ ਰੁਪਿੰਦਰ ਸਿੰਘ ਬਰਾੜੀ ਤੋਂ ਇਜਾਜ਼ਤ, ਧੰਨਵਾਦ।